ਉਹਨੂੰ ਕਿਹਨੂੰ ਸਿੱਧੂ ਮੂਸੇਵਾਲੇ ਨੂੰ ਮਾਰਨ ਦੇ ਵਿੱਚ ਤੁਹਾਡਾ ਹੱਥ ਸੀ? ਅੱਛਾ, ਤੇ ਪੁਲਿਸ ਤਾਂ ਕਹਿ ਰਹੀ ਆ ਵੀ ਹਰਿਆਣੇ ਦੇ ਕਿੱਥੋਂ ਸੀ, ਕਿਹੜੇ ਕਿਹੜੇ ਸੀ, ਉਹਦੇ ਚ ਤੁਹਾਡਾ ਨਾਮ ਵੀ ਆ ਰਿਹਾ? ਹਰਿਆਣੇ ਚ ਸਾਰੇ ਸੀਗੇ ਜੀ, ਠੀਕ ਹੈ, 3 ਜਣੇ ਸੀ ਹਰਿਆਣੇ ਚੋ। ਅੱਛਾ, ਕਿਹੜੇ ਕਿਹੜੇ? ਉਹ ਨਾਂ ਨੀ ਦੱਸ ਸਕਦਾ, ਠੀਕ ਹੈ। ਅੱਛਾ ਜੀ, ਤੇ ਸੋਨੀਪਤ ਦੇ ਸੀਗੇ, ਕੋਈ ਦਿੱਕਤ ਨੀ ਸਾਨੂੰ, ਪਰ ਚਲੋ ਸਾਨੂੰ ਅਸਲੀਅਤ ਦੱਸੋ, ਅਸੀਂ ਅਸਲੀਅਤ ਵੀ ਲੋਕਾਂ ਤੱਕ ਪਹੁੰਚਾ ਸਕਦੇ ਹਾਂ, ਕਿਉਂਕਿ ਜੇ ਉਹ ਇੰਟਰਵਿਊ ਗਲਤ ਹੈ ਸਾਨੂੰ ਦੱਸੋ ਸਹੀ ਗੱਲ ਕਿਹੜੀ ਆ, ਤੇ ਉਹ ਆਪਾਂ ਲੋਕਾਂ ਤੱਕ ਉਹ ਅਸੀਂ ਪਹੁੰਚਾ ਸਕਦੇ ਹਾਂ ਵੀ ਆਹ ਗਲਤ ਗੱਲ ਆ, ਸਹੀ ਗੱਲ ਇਹ ਆ। ਅਸਲ ਗੱਲ ਜੀ, ਉਸਨੇ ਮਾਰਿਆ ਸੀ ਵਿੱਕੀ ਮਿੱਟੂ ਖੇੜਾ, ਠੀਕ ਹੈ, ਮੈਂ ਸਿੱਧੇ ਹੀ ਓਪਨ ਕਹਿਣਾ, ਉਸਨੇ ਵੀ ਵਿੱਕੀ ਮਿੱਟੂ ਖੇੜੇ ਦਾ ਕਤਲ ਕਰਵਾਇਆ ਸੀਗਾ, ਠੀਕ ਹੈ, ਉਹਨੂੰ ਹਥਿਆਰ ਪਰੋਂ ਆਊਟ ਕਰਵਾਏ ਸੀ ਪੰਬੀਆ ਗਰੁੱਪ ਨੂੰ, ਠੀਕ ਹੈ, 4 ਜਣੇ ਗਏ ਸੀਗੇ ਉਹ ਚ, ਠੀਕ ਹੈ, ਸਾਰਾ ਇੰਟਰਵਿਊ ਪਾਇਆ ਸੀਗਾ ਉਹਦੇ ਕਤਲ ਉਹਦੇ ਜਦੋਂ ਉਹਦਾ ਕਤਲ ਹੋਇਆ ਉਹਦੀ ਵੀ ਮਾਂ ਸੀਗੀ, ਠੀਕ ਹੈ, ਉਹਦਾ ਵੀ ਏਡਾ 25 ਸਾਲਾਂ ਦਾ 30 ਸਾਲਾਂ ਦਾ ਮੁੰਡਾ ਸੀਗਾ, ਬੜਾ ਔਖਾ ਪਾਲਿਆ ਸੀਗਾ ਉਸਨੇ ਵੀ, ਠੀਕ ਹੈ, ਉਹਨੂੰ ਮਾਰਿਆ ਉਹਦੀ ਮਾਂ ਨੂੰ ਵੀ ਨੀ ਦੁੱਖ ਹੋਇਆ। ਹੁਣ ਨਿਊਜ਼ ਬਣੀ ਜਾਂਦੀ ਵੀ ਸਿੱਧੂ ਮੂਸੇਵਾਲੇ ਆਏ, ਉਹਦਾ ਮਾਂ ਪਿਓ ਉਹਦੇ ਅਮਿਤ ਸ਼ਾਹ ਕੋਲੇ ਜਾਂਦਾ, ਜਿਹਦੇ ਕੋਲੇ ਮਰਜ਼ੀ ਜਾਵੜੇ, ਸਾਨੂੰ ਕੋਈ ਡਰ ਨੀ। ਇਹਨੇ ਮੈਂ ਤੁਹਾਨੂੰ ਪੂਰੀ ਗੱਲ ਦੱਸ ਦਿੰਦਾ, ਇਹਨੇ ਹਥਿਆਰ ਪ੍ਰਮੋਟ ਕਰਵਾਏ ਸੀਗੇ, ਤੇ ਇਹਨੇ ਆਪਦੇ ਬੰਦਿਆਂ ਜਿਹੜੇ ਬੰਦੇ ਸੀ ਨਾ ਪੰਬੀਆ ਗਰੁੱਪ ਦੇ ਨੂੰ ਮਾਰਨ ਵਾਸਤੇ, ਇਹਨੇ ਪ੍ਰਮੋਟ ਕਰਾਏ ਹਥਿਆਰ ਤੇ ਗੱਡੀ, ਤੇ ਇਹਨਾਂ ਦਾ ਰਹਿਣ ਸਹਿਣ, ਇਹਨਾਂ ਨੂੰ ਬਾਹਰ ਟਪਾਉਣਾ, ਸਾਰਾ ਕੁਛ ਇਹਨੇ ਕਰਵਾਇਆ ਸੀਗਾ। ਅੱਗੇ ਵੀ ਇਹਨੂੰ 6-7 ਵਾਰੀ ਅਸੀਂ ਫੋਨ ਕਰਿਆ, ਜੈਪੁਰ ਤੋਂ ਵੀ ਕਰਿਆ ਸੀਗਾ, ਠੀਕ ਹੈ, ਉਦੋਂ ਕਹਿੰਦਾ ਇਹ, ਹੁਣ ਇਹਨੇ ਲਾਸਟ ਵਾਰੀ ਇਹਨੂੰ ਫੋਨ ਕਰਿਆ ਸੀਗਾ 22 ਮਈ ਨੂੰ, ਹਾਂਜੀ, ਇਸ ਨੂੰ ਕਿਹਾ ਸੀਗਾ ਵੀ ਤੂੰ ਟਿਕਣਾ ਕਿ ਕਿਵੇਂ ਕਰਨਾ, ਇਹਨੇ ਐ ਆਖਿਆ ਸੀ ਵੀ ਜੋ ਥੋਤੋਂ ਹੁੰਦਾ ਕੁਛ ਸਾਡਾ ਕਰ ਲੋ, ਜਿਹੜਾ ਕੁਛ ਹੁੰਦਾ ਪੱਟ ਲੋ, ਠੀਕ ਹੈ, ਇੰਨੀ ਗੱਲ ਕਹੀ ਸੀ ਸਾਨੂੰ ਵੀ ਮੇਰਾ ਤੁਸੀਂ ਕੱਖ ਨੀ ਕਰ ਸਕਦੇ, ਜਿੱਥੇ ਆਉਣਾ ਆ ਜਾਓ। ਇੱਕ ਇਹਦੇ ਡੈਡੀ ਨਾਲ ਕਿਹਨੇ ਗੱਲਬਾਤ ਕੀਤੀ ਸੀ, ਜਿਹੜੀ ਉਹਦੇ ਚ ਵੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਡੈਡੀ ਨੂੰ ਵੀ ਕੋਈ ਕਹਿ ਰਿਹਾ, ਮੈਂ ਵੀਡੀਓ ਸੁਣੀ, ਆਡੀਓ ਸੁਣੀ ਸੀ ਉਹ ਫੋਨ ਤੇ, ਹੋਰ ਚੱਕਰ ਸੀਗਾ, ਉਹ ਆਨਲਾਈਨ ਗਾਲਾਂ ਦਿੰਦਾ ਸੀਗਾ, ਉਹ ਜਦੋਂ ਥਾਪੀ ਥੁਪੀ ਮਾਰਦਾ ਸੀ ਲਾਈਵ ਆ ਕੇ ਗਾਲਾਂ ਦਿੰਦਾ ਸੀ, ਉਹ ਤਾਂ ਹੋਰ ਕਿਸੇ ਨੇ ਕਰਿਆ ਸੀਗਾ। ਅੱਛਾ, ਉਹ ਚ ਕੋਈ ਲੈਣਾ ਦੇਣਾ ਨੀ, ਅਸੀਂ ਇਹਦੇ ਪਿਓ ਨਾਲ ਨਾ ਤਾਂ ਅੱਜ ਤਾਈ ਗੱਲ ਕਰੀਏ ਤੇ ਨਾ ਕਰੀਏ, ਠੀਕ ਹੈ, ਅੱਛਾ, ਸਾਡੀ ਇਸ ਨਾਲ ਗੱਲ ਸੀਗੀ, ਇਹਦੇ ਨਾਲ ਨਿਬੇੜਤੀ। ਤੇ ਹੁਣ ਤੁਹਾਡਾ ਪੁਲਿਸ ਜਿਵੇਂ ਤੁਹਾਨੂੰ ਫੜ ਰਹੀ ਆ, ਤੇ ਤੁਹਾਡੇ ਚ ਕੋਈ ਹੈ ਕੋਈ ਵੀ ਪੁਲਿਸ ਦੇ ਕੋਲੇ ਆਤਮ ਸਮਰਪਣ ਕਰਨ ਦਾ, ਜਾਂ ਜਿਹੜੇ ਜੇਲ੍ਹ ਚ ਬੈਠੇ ਨੇ ਤੁਹਾਡੇ ਬੰਦੇ, ਉਹ ਕਿਹੜੇ ਕਿਹੜੇ ਨੇ? ਜੇਲ੍ਹ ਦੇ ਵਿੱਚ ਤੁਹਾਡੇ ਹੁਣ ਜਿਹੜੇ ਸਾਥੀ ਬੈਠੇ ਨੇ, ਤੁਸੀਂ ਜੇਲ੍ਹ ਦੇ ਵਿੱਚ ਬੈਠੇ ਹੋ ਜਾਂ ਬਾਹਰ ਹੋ ਇਸ ਟਾਈਮ? ਨਾ ਬਾਹਰ ਹੈ। ਅੱਛਾ, ਤੁਸੀਂ ਬਾਹਰ ਹੋ ਜੀ, ਜਿਹੜੇ ਅੱਛਾ ਜੇਲ੍ਹ ਦੇ ਵਿੱਚ ਵੀ ਤੁਹਾਡੇ ਸਾਥੀ ਬੈਠੇ ਕੋਈ ਮਦਦ ਕਰਦੇ, ਇਹਦੇ ਚ ਕਿਹਨੇ ਕਿਹਨੇ ਮਦਦ ਕੀਤੀ ਤੁਹਾਡੀ ਮੂਸੇ ਵਾਲੇ ਕੇਸ ਚ? ਲੋਰੈਂਸ ਬਾਈ ਕੋਲੇ ਤਾਂ ਫੋਨ ਹੈ ਨੀ ਸੀ ਪਹਿਲਾਂ, ਹਾਂ, ਕਰਿਆ ਵਾ ਸੀਗਾ। ਅੱਛਾ, ਠੀਕ ਹੈ, ਸਾਨੂੰ ਟਾਰਗੇਟ ਇਹਨਾਂ ਨੇ ਪਹਿਲਾਂ ਦਿੱਤਾ ਸੀਗਾ 1 ਮੰਥ, ਹਾਂ, ਉਦੋਂ ਇਹਨੂੰ ਇਸ ਮੰਥ ਦੇ ਵਿੱਚ 2-3 ਵਾਰੀ ਫੋਨ ਵੀ ਕਰਿਆ ਸੀਗਾ ਸਿੱਧੂ ਨੂੰ। ਅੱਛਾ, ਪਰ ਇਹ ਸਮਝਿਆ ਨੀ ਗਾ, ਠੀਕ ਹੈ, ਅਸੀਂ ਸਮਝਾਉਣ ਦੀ ਸਾਡਾ ਕੋਈ ਏਡਾ ਹੈ ਨੀ ਸੀ ਵੀ ਅਸੀਂ ਇਹਦੀ ਜਾਨ ਲਈਏ, ਸਾਨੂੰ ਵੀ ਦੁੱਖ ਹੈ ਇਹ ਗੱਲ ਦਾ, ਠੀਕ ਹੈ, ਮੈਂ ਵੀ ਪਛਤਾਉਣਾ, ਹਾਂ, ਪਰ ਇਹਨੇ ਗਲਤ ਕਰਿਆ ਵੀ ਹੁਣ ਕਹਿੰਦੇ ਆ ਵੀ ਉਹਦੇ ਮਾਂ ਪਿਓ ਰੁਲ ਗਏ, ਵੀ ਮਾਂ ਪਿਓ ਤਾਂ ਵਿੱਕੀ ਦੇ ਵੀ ਰੁਲੇ ਸੀਗੇ, ਗੁਰਲਾਲ ਬਰਾੜ ਦੇ ਵੀ ਰੁਲੇ ਸੀਗੇ, ਹਾਂ, ਪਰ ਹੁਣ ਕਈ ਲੋਕਾਂ ਦੇ ਵਿੱਚ ਇਹ ਆ ਨਾ ਵੀ ਲੱਤ ਮਾਂ ਕੋਈ ਤੋੜ ਦਿੰਦੇ, ਕੁੱਟਮਾਰ ਹੋ ਜਾਂਦੀ, ਮਾਰਨ ਵਾਲੀ ਗੱਲ, ਕੱਲਾ ਮੁੰਡਾ ਸੀ ਉਹ, ਕੱਲਾ ਤਾਂ ਵਿੱਕੀ ਵੀ ਕੱਲਾ ਹੀ ਸੀ, ਉਹਦੇ ਕੋਲੇ ਵੀ ਬਹੁਤ ਪੈਲੀ ਸੀ, ਉਹਦਾ ਮਾਂ ਪਿਓ ਅੱਜ ਦੇਖ ਲੋ ਸਦਮੇ ਚ ਹੈ, ਅੱਜ ਤਾਈ ਠੀਕ ਨੀ ਹੋਇਆ, ਕੋਮਾ ਚ ਪਈ ਉਹਦੀ ਮਾਂ, ਠੀਕ ਹੈ, ਉਹਦੇ ਘਰੇ ਜਾ ਕੇ ਹਾਲ ਦੇਖੋ, ਉਹਦੇ ਭਰਾ ਦਾ ਹਾਲ ਦੇਖੋ, ਤਾਂ ਕਰਕੇ ਮਾਰਿਆ ਸੀ ਸਾਨੂੰ, ਕੋਈ ਏਡਾ ਕੋਈ ਚੱਕਰ ਛੋਟੇ, ਆਪਾਂ ਮਰਨ ਮਰਾਈਏ ਨੂੰ, ਹੋਰ ਨੀ ਕੋਈ ਇਹਦਾ ਚੀਜ਼ਾਂ ਦਾ ਹੱਲ ਕੱਢ ਸਕਦੇ ਵੀ ਮਾਰਨ ਨਾ ਹੋਏ ਕਿਸੇ ਜਾਨ ਲੈਣ ਨਾ ਹੋ, ਹਾਂਜੀ, ਤੁਸੀਂ ਵੀ ਕਿਸੇ ਦੇ ਬੱਚੇ ਹੋ, ਤੁਹਾਡੇ ਵੀ ਮਾਂ ਬਾਪ ਨੇ ਬਹੁਤ ਵਾਰੀ ਆਖਿਆ ਸੀ, ਹੂੰ, ਅਸੀਂ ਇਹਨੂੰ ਕਿਹਾ ਸੀ ਵੀ ਬੰਦੇ ਦੇ ਦੇ ਉਹ, ਤੇ ਤੁਸੀਂ ਅਜੇ ਵੀ ਜੇ ਸਿਰ ਤੇ ਬੱਚੀ ਆਉਂਦਾ ਸੀ ਬਈ, ਵੱਡੀ ਗੱਲ ਹੈ, ਇਹਦੇ ਕੋਲੇ ਪੈਸਾ ਸੀ, ਇਹਨੂੰ ਹੰਕਾਰ ਹੋ ਗਿਆ ਵੀ ਮੈਨੂੰ ਕੋਈ ਨੀ ਮਾਰ ਸਕਦਾ, ਠੀਕ ਹੈ, ਇਹਨੇ ਅਸੀਂ ਫੋਨ ਵੀ ਕਰਿਆ ਨਾ ਜਦੋਂ ਇਹਨੇ ਇੰਨੀ ਗੱਲੀ ਗਈ ਸੀ ਵੀ ਥੋਤੋ ਜਿਹੜਾ ਕੋਈ ਹੁੰਦਾ ਤੁਸੀਂ ਕਰ ਲਿਓ, ਠੀਕ ਹੈ, ਮੈਂ ਨਾ ਅੱਜ ਦੱਸਾਂ ਬੰਦੇ ਨਾ ਦੱਸਾਂ ਕੱਲ, ਇਹਨੇ ਆਹ ਗੱਲ ਇੰਟਰਵਿਊ ਚ ਵੀ ਗਈ ਸੀਗੀ, ਠੀਕ ਹੈ, ਤਾਂ ਹੀ ਉਸ ਆਪਦੇ ਮੈਨੇਜਰ ਨੂੰ ਇਹਨੇ ਸ਼ਗਨਦੀਪ ਨੂੰ ਬਾਹਰ ਭੇਜਿਆ ਸੀ, ਸ਼ੁਭਦੀਪ ਨੂੰ। ਅੱਛਾ, ਤੁਹਾਡੇ ਹਥਿਆਰ ਤੋਂ ਬੜੇ ਹੈਰਾਨ ਨੇ ਲੋਕ ਵੀ, ਉਹ ਰਸ਼ੀਆ ਦਾ ਪਹਿਲੀ ਵਾਰ ਪੰਜਾਬ ਦੇ ਵਿੱਚ ਆਇਆ, ਕਹਿੰਦੇ ਪੁਲਿਸ ਬੜੀ ਹੈਰਾਨ ਹੈ,
ਰੂਸ ਦਾ ਸੀਗਾ। ਹਾਂ ਰੂਸ ਦਾ ਸੀ। ਹਾਂਜੀ ਉਹ ਤਾਂ ਉਹ ਕਿਵੇਂ ਆ ਗਿਆ ਹਥਿਆਰ ਪੰਜਾਬ ਦੇ ਵਿਚ? ਉਹ ਛੱਡੋ ਜੀ, ਹੁਣ ਡਰੋਨ ਰਾਹੀਂ ਇਧਰੋਂ ਪਾਕਿਸਤਾਨ ਚੋਂ ਵੀ ਆ ਜਾਂਦੇ ਆ। ਅੱਛਾ ਹੁਣ ਤੁਸੀਂ ਕਿਵੇਂ ਵੀ ਅਗਲਾ ਹੋਰ ਕਹਿੰਦੇ ਵੀ ਹੋਰ ਕਈ ਟਾਰਗੇਟ ਦੇ ਨੇ ਕਈ ਕਲਾਕਾਰ? ਉਹ ਟਾਰਗੇਟ ਸਲਮਾਨ ਹੈ। ਅੱਛਾ ਹੁਣ ਇਹ ਸਲਮਾਨ ਦਾ ਕੀ ਕਸੂਰ ਹੈ? ਸਲਮਾਨ ਦਾ ਤਾਂ ਸਾਰੇ ਕਸੂਰ ਹੈ। ਕੀ ਕਸੂਰ ਕੀ ਕੀਤਾ ਉਹਨੇ? ਉਸ ਨੇ ਕਾਲਾ ਹਿਰਨ ਮਾਰਿਆ ਸੀ, ਅੱਜ ਉਸ ਬਰੀ ਹੋ ਗਿਆ, ਅੱਜ ਉਹ ਪੂਰੇ ਕੇਸ ਚੋਂ ਬਰੀ ਹੋਇਆ। ਠੀਕ ਹੈ, 7 ਸਾਲਾਂ ਤੋਂ ਜੀ ਸਾਡੀ ਅਦਾਲਤ ਚੋਂ ਨੀ ਬਰੀ ਹੋਇਆ। ਠੀਕ ਹੈ ਨਾ, ਉਸ ਨੇ ਹਿਰਨ ਮਾਰ ਕੇ ਬਹੁਤ ਵੱਡੀ ਗਲਤੀ ਕਰੀ ਹੈ। ਤੇ ਹੁਣ ਕੋਈ ਹੁਣ ਕੀ ਤੁਸੀਂ ਕਹਿ ਰਹੇ ਹੋ ਵੀ ਅੱਗੇ ਉਤੋਂ ਸਲਮਾਨ ਦਾ ਕਰਾਂਗੇ ਬਈ? ਖੁੱਲ ਕੇ ਕਹਿ ਰਹੇ ਆ, ਠੀਕ ਆ, ਕੋਈ ਚੱਕਰ ਨੀ ਗਾ। ਅੱਛਾ ਤੇ ਹੁਣ ਜੇ ਤੁਹਾਡਾ ਕੀ ਵੀ ਆਹ ਬਸ ਅਗਲੇ ਮੰਥ ਦੇ ਵਿੱਚ ਵਿੱਚ ਕਰ ਦੇਣਾ ਤੁਸੀਂ ਹੋ ਜੇ, ਚ ਕਿੱਡਾ ਮਰਜ਼ੀ ਕੋਈ ਪੋਲੀਟੀਕਲ ਬੰਦਾ ਆ ਜੇ, ਚ ਕੋਈ ਵੀ ਆ ਜੇ, ਠੀਕ ਹੈ ਪਰ ਉਹ ਸਲਮਾਨ ਦਾ ਕਰਕੇ ਬਾਅਦ ਚ ਟਿਕਾਂਗੇ, ਅੱਗੇ ਕੁਛ ਨੀ ਕਰਦੇ। ਥੋੜਾ ਜਿਹਾ ਜ਼ਿੰਦਗੀ ਦੇਖੋ, ਚੰਬਲ ਘਾਟੀ ਦੇ ਡਾਕੂ ਸੀ, ਉਹ ਵੀ ਬੜੇ ਬੜੇ ਡਾਕੂ, ਉਹਨਾਂ ਨੇ ਇੰਨਾ ਕੁਛ ਕਰਕੇ ਉਹ ਵੀ ਬਾਅਦ ਦੇ ਵਿੱਚ ਆਪਦੀ ਅਸਲ ਜ਼ਿੰਦਗੀ ਜਿਉਣ ਲੱਗ ਗਏ ਨੇ। ਤੁਸੀਂ ਵੀ ਇੱਕ ਵਧੀਆ ਜ਼ਿੰਦਗੀ ਜੀਓ ਤੇ ਜੀਣ ਦਿਓ ਲੋਕਾਂ ਨੂੰ, ਆਪ ਵੀ ਜੀਓ ਤੇ ਲੋਕਾਂ ਨੂੰ ਵੀ ਜਿਉਣ ਦਿਓ। ਅਸੀਂ ਸੁੱਖ ਨਾਲ ਹੀ ਜਿਉਂਦੇ ਸੀ ਬਾਈ, ਠੀਕ ਹੈ, ਜੇ ਲੋਕ ਮਾੜਾ ਕਰਦੇ ਆ ਉਹਦੀ ਇਹ ਜੀ ਲੈਣ ਚ ਆਉਣਾ ਪੈਂਦਾ, ਕੋਈ ਸ਼ੌਂਕ ਨਾਲ ਨੀ ਹੁੰਦਾ। ਠੀਕ ਹੈ, ਹੁਣ ਤਾਂ ਲੋਕ ਕਹਿ ਦਿੰਦੇ ਆ ਮੰਡੀਰਾਂ ਉੱਠਦੀਆਂ, ਅਸੀਂ ਆਹ ਕਰ ਦਾਂਗੇ ਬਾਹ ਕਰ ਦਾਂਗੇ, ਸਾਨੂੰ ਪਤਾ ਅੰਦਰ ਕਿਵੇਂ ਦਿਨ ਕੱਟਣੇ ਪੈਂਦੇ ਆ। ਚਲੋ ਬੇਟੇ ਤੁਸੀਂ, ਆਪਾਂ ਮੇਰੇ ਬੇਟੇ ਵਰਗੇ ਹੋ, ਮੈਂ ਅਸੀਂ ਵੀ ਚਾਹੁੰਦੇ ਹਾਂ ਵੀ ਤੁਸੀਂ ਇੱਕ ਦੇਖੋ ਨਾਲੇ ਤਾਂ ਜ਼ਿੰਦਗੀ ਆਪਣੀ ਵੀ ਜੀਓ ਤੇ ਲੋਕਾਂ ਨੂੰ ਵੀ ਜਿਉਣ ਦਿਓ। ਤੁਹਾਡੇ ਨਾਲ ਵਾਦਾ ਜਦੋਂ ਸਲਮਾਨ ਦਾ ਕਰਤਾ ਆ ਮਹੀਨੇ ਦੇ ਵਿੱਚ ਵਿੱਚ ਕਰ ਦਾਂਗੇ, ਬਾਅਦ ਚ ਕੋਈ ਕੰਮ ਨੀ ਕਰਦੇ। ਹੋਰ ਦੱਸੋ ਜੇ ਦੇਖੀਏ ਸਲਮਾਨ ਦਾ ਵੀ, ਚਲੋ ਦੇਖੋ ਕਿਸੇ ਨੂੰ ਬੜੇ ਬੜੇ ਕੇਸਾਂ ਚ ਮਾਫ਼ ਕੀਤਾ ਜਾ ਸਕਦਾ, ਚਲੋ ਜੇ ਉਹ ਤੋਂ ਗਲਤੀ ਹੋਈ ਅਦਾਲਤਾਂ ਨੇ, ਜਾਂ ਫਿਰ ਵੀ ਉਹਨੂੰ ਭੁਗਤਣਾ ਤਾਂ ਪਿਆ ਕਾਫ਼ੀ। ਹਾਂਜੀ ਤੇ ਹੁਣ ਸਜ਼ਾ ਤਾਂ ਅਦਾਲਤ ਨੇ ਦੇਣੀ ਸੀ, ਜੇ ਘੱਟ ਦਿੱਤੀ ਗਈ ਚਲੋ ਕੋਈ ਨੀ, ਮਾਫ਼ ਕਰੋ ਉਹਨੂੰ ਵੀ ਕਰ ਦੋ। ਗਲਤੀ ਨੀ, ਉਹਨੇ ਤਾਂ ਇੰਟਰਵਿਊ ਦਿੱਤਾ, ਹਾਲਾਂਕਿ ਹਾਂ ਉਹਨੇ ਕਿਹੜਾ ਗਲਤੀ ਮੰਨੀ, ਉਹ ਜੇ ਗਲਤੀ ਮੰਨ ਲੈਂਦਾ ਤਾਂ ਵੀ ਕਰ। ਚਲੋ ਹੁਣ ਵੀ ਖਬਰ ਥੋੜੀ ਆ ਸੁਣ ਕੇ ਅਸੀਂ, ਤੁਸੀਂ ਹੁਣ ਸਾਨੂੰ ਇਜਾਜ਼ਤ ਦਿੱਤੀ ਆ, ਅਸੀਂ ਰਿਕਾਰਡਿੰਗ ਲਾ ਕੇ ਉਹਦੇ ਤੱਕ ਤੁਹਾਡਾ ਮੈਸੇਜ ਪਹੁੰਚਾਉਂਦੇ ਆ, ਜੇ ਉਹ ਗਲਤੀ ਆਪਦੀ ਮੰਨ ਲੈਂਦਾ ਫਿਰ ਉਹਨੂੰ ਮਾਫ਼ ਕਰ ਦਿਓ। ਠੀਕ ਹੈ, ਕਰ ਲਿਓ। ਹਾਂਜੀ ਠੀਕ ਹੈ ਨਾ, ਕੋਈ ਦਿੱਕਤ ਨੀ, ਵੀਡੀਓ ਚੜਾ ਦੋ, ਜੇ ਮੈਂ ਫੋਟੋ ਭੇਜ ਦਿੰਦਾ। ਹਾਂ ਫੋਟੋ, ਜੇ ਤਾਂ ਉਹ ਮਾਫ਼ੀ ਮੰਗੂਗਾ ਫਿਰ ਤਾਂ ਅਸੀਂ ਬਖਸ਼ ਦਾਂਗੇ, ਜੇ ਨਹੀਂ ਮੰਗਦਾ ਮਾਫ਼ੀ। ਤੁਸੀਂ ਵੀ ਹੁਣ ਪੰਜਾਬ ਦੇ ਵਿੱਚ ਜਿਹੜਾ ਹੈਗਾ, ਹੋਰ ਜਿਹੜੇ ਕਲਾਕਾਰਾਂ ਦੀ ਗੱਲ ਚੱਲਦੀ ਹੈ ਵੀ ਕਿਸੇ ਦਾ ਹੋਰ ਬਣਾਇਆ ਜਾਊਗਾ ਜਾਂ ਕੀਤਾ ਜਾਊਗਾ, ਮਨਕੀਰ ਤੋਲਖ ਨਾਲ ਕੋਈ ਲੈਣ ਦੇਣ ਨੀ, ਉਹਨੂੰ ਗਲਤ ਫਸਾਇਆ ਜਾ ਰਿਹਾ। ਅੱਛਾ, ਸਾਰੀ ਜ਼ਿੰਮੇਵਾਰੀ ਲੋਰੈਂਸ ਦੀ ਸਾਡੀ ਹੈ, ਠੀਕ ਹੈ, ਹਾਂਜੀ, ਉਹਨੂੰ ਗਲਤ ਫਸਾਇਆ ਜਾ ਰਿਹਾ, ਹੋਰ ਕੋਈ ਚੱਕਰ ਨੀ ਗਾ। ਮਨਕੀਰਤ ਨਾਲ ਸਾਡਾ ਨਾ ਕੋਈ ਲਿੰਕ ਹੈ ਨਾ ਕੋਈ ਹੋਰ, 2014 ਚ ਉਹਨੇ ਅਖਾੜਾ ਲਾਇਆ ਸੀ ਫਿਰੋਜ਼ਪੁਰ ਜੇਲ੍ਹ ਚ ਸਾਡੇ ਵਾਸਤੇ। ਹਾਂਜੀ ਅੱਛਾ, ਮਨਕੀਰਤ ਔਲਖ ਨਾਲ ਕੋਈ ਨੀ ਆਪਣਾ ਤੁਹਾਡਾ ਕੋਈ ਦੁਸ਼ਮਣੀ? ਨਾ ਨਾ ਜੀ, ਉਹਨੇ ਲਾਇਆ ਸੀ ਖਾੜਾ 2014 ਚ, ਮੈਂ ਦੱਸਦਾ ਤੁਹਾਨੂੰ। ਹਾਂਜੀ ਹਾਂ, ਤੇ ਇਹਨੇ ਵਿੱਕੀ ਮਿੱਟੂ ਨੇ ਪ੍ਰਮੋਟ ਕਰਿਆ ਸੀਗਾ। ਅੱਛਾ ਜੀ, ਬਸ ਉਦੋਂ ਮਾੜਾ ਸਾਡੇ ਤੇ ਲੱਗਣ ਲੱਗ ਗਏ ਸੀ ਇਸ ਤੇ, ਮਨਕੀਰਤ ਤੁਹਾਡਾ ਪੋਲੀਟੀਕਲ ਕਿਸੇ ਪਾਰਟੀ ਨਾਲ ਸੰਬੰਧ ਕਰਤਾ? ਤੁਹਾਡਾ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਹੈ? ਨਾ, ਕੋਈ ਸੰਬੰਧ ਨੀ ਕਿਸੇ ਨਾਲ। ਅੱਛਾ, ਨਾਲੇ ਉਹ ਕਹਿੰਦੇ ਵੀ ਉਹ SOI ਦਾ ਮੈਂਬਰ ਸੀ ਮਿੱਟੂ ਖੇੜਾ। SOI ਇਹਨਾਂ ਦੇ ਆਪਣੇ ਕਾਲੀਆਂ ਦੇ? ਹਾਂਜੀ, ਉਹ ਤਾਂ ਜੀ ਅਸੀਂ ਕੋਈ ਗੇਮ ਸੀਗੀ, ਮੈਂ ਤੁਹਾਨੂੰ ਸੱਚ ਦੱਸ ਦਿੰਦਾ, ਉਹ SOI ਪਾਰਟੀ ਤਾਂ ਬਣਾਈ ਸੀ ਵੀ ਸੋਪੂ ਦੇ ਸਾਡੇ ਪੋਸਟਰ ਨੀ ਲੱਗਦੇ ਸੀਗੇ। ਅੱਛਾ, ਸੋਪੂ ਕਿਹੜੀ ਸੀ ਸਾਡੀ ਪਾਰਟੀ ਚੋਂ? ਉਹ ਸੋਪੂ ਦਾ ਕੀ ਪੂਰਾ ਨਾਂ ਕੀ ਹੈ? ਸਟੂਡੈਂਟ ਓਰਗੇਨਾਈਜੇਸ਼ਨ ਪੰਜਾਬ ਯੂਨੀਵਰਸਿਟੀ। ਅੱਛਾ ਅੱਛਾ, ਕਿਉਂ ਪੋਸਟਰ ਕਿਉਂ ਨੀ ਸੀ ਲੱਗਦੇ ਇਹਦੇ? ਪੋਸਟਰ ਜੀ ਹੁਣ ਕ੍ਰਿਮੀਨਲ ਹੋ ਗਏ, ਕੇਸ ਹੋ ਗਏ ਸੀ ਤਾਂ ਕਰਕੇ ਇਹਨਾਂ ਨੂੰ ਬੰਦ ਕਰਾਤਾ ਸੀਗਾ। ਅੱਛਾ, ਤਾਂ ਓਨ ਹਾਂ ਓਨਲਾਈਨ ਹੁੰਦਾ ਸੀ ਐਡ ਜੋ ਵੀ ਹੁੰਦਾ, ਠੀਕ ਹੈ, ਤੇ ਓਨਲਾਈਨ ਹੀ ਪੋਸਟਰ ਚੜਦੇ ਸੀਗੇ, ਕੋਈ ਐ ਨੀ ਪਹਿਲਾਂ ਵਾਂਗੂ ਛਾਪ ਕੇ ਲਾਤੇ, ਤਾਂ ਜਿਹੜਾ ਕੋਈ ਲਾਉਂਦਾ ਹੁਣ ਉਹਦੇ ਪਰਚਾ ਹੁੰਦਾ ਸੀ, ਤਾਂ ਕਰਕੇ SOI ਦਾ ਕਰਿਆ ਸੀਗਾ।
ਹੁਣ ਖਬਰਾਂ ਆ ਰਹੀਆਂ ਨੇ ਵੀ ਅਗਲੇ ਕੋਈ ਹੋਰ ਟਾਰਗੇਟ ਨੇ, ਕੋਈ ਹੈ ਟਾਰਗੇਟ ਤੁਹਾਡੇ ਤੇ? ਹੁਣ ਤੇ ਚਲੋ ਮੈਂ ਇਹ ਨੀ ਕਹਿੰਦਾ ਤੁਸੀਂ ਓਹਦਾ ਹੋ ਗਿਆ, ਓਹਦਾ ਵਿਚਾਰੇ ਦਾ ਜਿਹੜੇ ਵੀ ਮਾਰੇ ਗਏ ਆਪਾਂ ਸਾਰਿਆਂ ਦੇ, ਸਾਨੂੰ ਦੁੱਖ ਤਾਂ ਆਪਾਂ ਨੂੰ ਹਰ ਇੱਕ ਦਾ, ਤੁਸੀਂ ਵੀ ਕਿਸੇ ਦੇ ਬੱਚੇ ਹੋ, ਆਪਾਂ ਕਿਉਂ ਨੀ ਸਹੀ ਲਾਈਨ ਤੇ ਆ ਕੇ ਤੁਸੀਂ ਆਪਦੀ ਵਧੀਆ ਜ਼ਿੰਦਗੀ ਜੀਓ, ਇਹ ਕੰਮ ਛੱਡ ਕਿਵੇਂ ਛੱਡ ਸਕਦੇ ਹੋ? ਝੂਠੇ ਪਰਚੇ ਪਾਉਂਦੇ ਜਦੋਂ, ਠੀਕ ਹੈ, ਯੂਜ਼ ਕਰਕੇ ਛੱਡਦੇ ਆ ਸਰਕਾਰਾਂ, ਉਦੋਂ ਅੱਕ ਕੇ ਕਰਨਾ ਪੈਂਦਾ। ਕਿਹੜੀ ਸਰਕਾਰ ਨੇ ਯੂਜ਼ ਕੀਤਾ ਤੁਹਾਨੂੰ? ਬਥੇਰਾ ਕਰਦੇ ਆ ਪੰਜਾਬ ਚ, ਸਾਰਾ ਕਿਤੇ ਯੂਜ਼ ਹੀ ਕਰਦੇ ਆ, ਹੋਰ ਕੀ ਹੈ। ਇਹਨੂੰ ਵੀ ਯੂਜ਼ ਹੀ ਕਰਿਆ ਸੀਗਾ ਸਿੱਧੂ ਨੂੰ, ਕਾਂਗਰਸ ਚ ਉਠਾ ਕੇ ਬਾਅਦ ਚ ਵੋਟਾਂ ਚ ਬਾਅਦ ਮੈਂ ਛੱਡਤਾ ਸੀਗਾ। ਹੁਣ ਇਹਦੀ ਛੱਡ, ਹੁਣ ਜਿਹੜੇ ਇਹਦੇ ਆਉਂਦੇ ਆ ਘਰੇ ਅਫਸੋਸ ਕਰਨ, ਉਹ ਵੀ ਇੱਕ ਬਸ ਖੇਡ ਹੀ ਹੈ, ਗੇਮ ਹੀ ਆ ਉਹ, ਪਬਲਿਸਿਟੀ ਲੈਣ ਵਾਸਤੇ। ਅਸੀਂ ਨੇਤਾ ਬਣਾਉਣਾ ਸੀ, ਅਸੀਂ ਉਹ ਕਰਨਾ ਸੀ, ਰਾਜਾ ਵੜਿੰਗ ਹੈ, ਰਾਜਾ ਵੜਿੰਗ ਕੋਈ ਐ ਥੋੜੀ ਵੀ ਸਿੱਧੂ ਦੇ ਨਾਲ ਸੀਗਾ ਪੂਰਾ। ਹੁਣ ਤੇ ਮਗਰੋਂ ਜਾਂਦੇ, ਬਸ ਉਹੀ ਸਿੱਧੂ ਨੂੰ ਮਾੜਾ ਆਖਦੇ ਸੀਗੇ। ਤੁਹਾਨੂੰ ਅਕਾਲੀਆਂ ਨੇ ਵਰਤਿਆ ਫਿਰ? ਹੋ ਜਾਂਦੇ ਆ ਉਹ ਤਾਂ ਜੀ, ਮੈਂ ਮੇਰੇ ਕੋਲੇ 2 ਰੁਪਈਏ ਆ ਤਾਂ ਮੇਰੇ ਨਾਲ ਹੈ, ਜੇ ਉਹਦੇ ਕੋਲੇ 2 ਰੁਪਈਏ ਤਾਂ ਉਹਦੇ ਨਾਲ ਹੈ, ਜੇ ਤੁਹਾਡੇ ਕੋਲੇ 2 ਰੁਪਈਏ ਆ ਤਾਂ ਤੁਹਾਡੇ ਨਾਲ ਹੋ ਜਾਣਗੇ। ਤੇ ਅਕਾਲੀਆਂ ਨੇ ਵਰਤਿਆ ਫਿਰ ਤੁਹਾਡੇ ਗਰੁੱਪ ਨੂੰ, ਤੁਹਾਡੇ ਗਰੁੱਪ ਨੂੰ ਅਕਾਲੀਆਂ ਨੇ ਵਰਤਿਆ, ਜਿਵੇਂ ਸਿੱਧੂ ਮੂਸੇਵਾਲੇ ਨੂੰ ਕਾਂਗਰਸ ਨੇ? ਕੀਦਾ ਲਈ? ਹਾਂ, ਫੇਰ ਵੀ ਸਾਰਿਆਂ ਨੇ ਵਰਤਾ ਜਦੋਂ ਸਾਡੇ ਤੇ।